ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਪੱਡੇ ਵਿਖੇ ਬੀਤੇ ਦਿਨੀ ਦੋ ਗੁੱਟਾਂ ਦਰਮਿਆਨ ਆਪਸੀ ਟਕਰਾਅ ਦੇ ਦੌਰਾਨ ਹੋਏ ਝਗੜੇ ਵਿੱਚ ਚੱਲੀ ਗੋਲੀ ਨਾਲ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ 6 ਲੋਕਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ। ਯੂਥ ਅਕਾਲੀ ਆਗੂ ਸੁਖਜਿੰਦਰ ਸਿੰਘ ਲੰਗਾਹ ਨੇ ਦੱਸਿਆ ਕਿ ਮ੍ਰਿਤਕ ਰਛਪਾਲ ਸਿੰਘ ਨਾਲ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲ ਰਹੀ ਰੰਜਿਸ਼ ਕਾਰਨ ਰਸਤੇ ਵਿੱਚ ਰੋਕ ਕੇ ਹਮਲਾਵਾਰਾਂ ਨੇ ਫਾਇਰਿੰਗ ਕਰ ਦਿੱਤੀ। ਰਛਪਾਲ ਸਿੰਘ ਦੀ ਗਰਦਨ ਤੇ ਗੋਲੀ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ। SI ਸੁਰਜੀਤ ਰਾਜ ਨੇ ਕਿਹਾ ਕਿ ਪੁਲਿਸ ਨੇ 6 ਲੋਕਾਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਹੁਤ ਮੰਦਭਾਗੀ ਗੱਲ ਹੈ ਜੀ ਕਿ ਕੱਲ ਸਾਡੇ ਹਲਕੇ ਦੇ ਪਿੰਡ ਪੱਡੇ ਦੇ ਵਿੱਚ ਨੌਜਵਾਨ ਮੁੰਡਾ ਸੀਗਾ ਰਛਪਾਲ ਸਿੰਘ, ਜੋ ਕਿ ਸਾਡੀ ਅਕਾਲੀ ਦਲ ਪਾਰਟੀ ਨੂੰ ਬਿਲੋਂਗ ਕਰਦਾ ਸੀਗਾ, ਉਹ ਆ ਰਿਹਾ ਸੀਗਾ। ਕਾਂਗਰਸੀ ਮੁੰਡਿਆਂ ਨੇ ਉਹਨੂੰ ਰੋਕ ਕੇ ਉਹਨਾਂ ਨਾਲ ਝਗੜਾ ਕੀਤਾ, ਉਰੇ ਗੋਲੀਆਂ ਮਾਰੀਆਂ। ਉਸ ਤੋਂ ਬਾਅਦ ਉਰੇ ਉਹਨੂੰ ਕਰਕੇ ਰੈਫਰ, ਉੱਥੇ ਹੀ ਔਨ ਦੀ ਸਪੋਟ ਉਹਦੀ ਡੈਥ ਹੋ ਗਈ, ਉਹਨੂੰ ਹਸਪੀਟਲ ਲਿਆਂਦਾ। ਮੈਂ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦਾ ਹਾਂ, ਸਰਕਾਰ ਤੋਂ ਵੀ ਮੰਗ ਕਰਦਾ ਕਿ ਇਸ ਜਿਹੜਾ ਇਹ ਝੂਠਾ ਪਰਚਾ ਬਣਾ ਰਹੇ ਨੇ ਦੂਜੇ ਪਾਸੇ, ਉਹ ਮੌਕੇ ਤੇ ਕੋਈ ਸੱਟ ਨਹੀਂ ਗਈ, ਉਸ ਚੀਜ਼ ਦੀ ਇਹ ਪੜਤਾਲ ਕਰਨ ਤੇ ਉਹ ਬੰਦਿਆਂ ਨੂੰ ਗ੍ਰਿਫਤਾਰ ਕਰਨ, ਇਸ ਘਰ ਨੂੰ ਇਨਸਾਫ ਦੇਣ। ਜੇ ਇਨਸਾਫ ਨਾ ਦੇਣਗੇ, ਅਸੀਂ ਆਪਣੀ ਪਾਰਟੀ ਦੇ ਨਾਲ ਗੱਲ ਕੀਤੀ, ਆਪਣੇ ਲੀਡਰ ਸਾਹਿਬਾਨਾਂ ਨਾਲ ਗੱਲ ਕੀਤੀ ਹੈ, ਅਸੀਂ ਹਰ ਇੱਕ ਹੀਲਾ ਵਸੀਲਾ ਕਰਾਂਗੇ। ਕੱਲ੍ਹ ਸਾਨੂੰ ਇੱਕ ਨਾ ਰੈੱਡ ਅਲਰਟ ਕਰਕੇ ਆਈ ਸੀ 181 ਤੋਂ, ਸਰੂਪ ਸਿੰਘ ਵੱਲੋਂ ਵੀ ਪਿੰਡ ਪੱਡੇ ਵਿੱਚ ਗੋਲੀ ਚੱਲੀ ਹੈਗੀ ਹੈ, ਅਤੇ ਉਸ ਸੰਬੰਧ 'ਚ ਅਸੀਂ ਜੋ ਗਏ ਹੈਗੇ ਹਾਂ, ਅਤੇ ਸਾਨੂੰ ਗੱਲ ਕਿ ਰਸਤੇ ਵਿੱਚ ਆਪਣੇ ਬਲਕਾਰ ਸਿੰਘ ਵੀ ਮਿਲਿਆ ਗਾ, ਅਤੇ ਜਿਹਨੇ ਹਾਰਡ ਜੋ ਆਪਣਾ ਬਿਆਨ ਲਿਖਾਇਆ ਗਾ ਸੀ, ਉਹਨੇ ਕਿਹਾ ਵੀ ਮੇਰਾ ਜਿਹੜਾ ਭਤੀਜਾ ਰਛਪਾਲ ਸਿੰਘ, ਅਤੇ ਜਿਹਨੂੰ ਗੱਲ ਕਿ ਸੁਰਜੀਤ ਸਿੰਘ, ਉਹਨਾਂ ਨੇ ਕਿਹਾ ਕਿ ਉਹਦੇ ਮੁੰਡੇ ਸੁਖਦੇਵ ਸਿੰਘ ਸੁੱਖੇ ਨੇ, ਉਹਦੇ 2 ਲੱਕੇ ਹੋਰ 3 ਹੋਏ ਸੀ, ਦੋਸ਼ੀਆਂ ਜਾ ਕੇ ਗੋਲੀਆਂ ਮਾਰੀਆਂ ਹੈਗੀਆਂ, ਅਤੇ ਜਿਹਨੂੰ ਕਿਹਾ ਕਿ ਆਪਾਂ ਲੈ ਕੇ ਫਤਿਹਗੜ੍ਹ ਚੂੜੀਆਂ ਜਾ ਰਹੀ, ਅਤੇ ਉਹਦੀ ਅੱਜ ਮੌਤ ਹੋ ਗਈ ਜੀ। ਇਸ ਸੰਬੰਧ 'ਚ ਅਸੀਂ ਮੁਕੰਮਾ ਜਿਹੜਾ ਨੰਬਰ 5 ਜੁਰਮ 302/148/149 IPC 25/27/54 ਆਰਮ ਜੈਕਟ PS ਡਰਾਈਵਰ ਨਾਨਕ ਦਰਜ ਰਜਿਸਟਰ ਕੀਤਾ ਗਿਆ। ਤਾਂ ਕੋਈ ਰਾਤ ਨਹੀਂ ਲਿਆ ਹੈਗਾ, ਜਿਹੜਾ ਇੱਕ ਦੋਸ਼ੀ ਹੈਗਾ ਅਤੇ ਸੁਖਦੇਵ ਸੁੱਖਾ, ਉਹਦੇ ਬਾਰੇ ਪਤਾ ਲੱਗਿਆ ਵੀ ਉਹਦੇ ਵੀ ਸੱਟਾਂ ਲੱਗੀਆਂ ਹੈਗੀਆਂ, ਉਹ ਜਾਣੀ ਕਿ ਸਿਵਲ ਹਸਪਤਾਲ ਇੱਥੇ ਦਾਖਲ ਹੈਗਾ, ਉੱਥੇ ਗਾ ਕਿ ਇਹ ਗਾਰਡ ਦੇ ਬੰਦੇ ਲਾਤੇ ਹੈਗੇ ਆ, ਅਤੇ ਜੋ ਵੀ ਅਗੀ ਤਫਤੀਸ਼ ਚੱਲ ਰਹੀ ਆ, ਜੋ ਕੁਆਰੀ ਪਤਾ ਕੀਤੀ ਹੈਗੀ, 6 ਬੰਦੇ ਮਾਮਲਾ ਦਰਜ ਹੋਇਆ ਜੀ, 6 ਦੋਸ਼ੀ ਹੈਗੇ ਜੀ।